ਮੇਰੇ ਕੋਲ ਜ਼ਿੰਦਗੀ ਜਿਉਣ ਦਾ ਹੁਨਰ ਵੀ ਕਾਇਮ ਹੈ ਅਤੇ ਇਸ ਲੰਮੇ ਸਫ਼ਰ ਲਈ ਯਾਦਾਂ ਦਾ ਸਾਮਾਨ ਵੀ। ਜ਼ਰੂਰਤ ਹੈ ਤਾਂ ਸਮੇਂ ਦੀ ਇਕਾਗਰਤਾ ਦੀ। ਜਦੋਂ ਜਹਿਦ ਕਰ ਰਹੀ ਸਾਂ ਆਪਣੇ 'ਚੋਂ ਆਪਣੇ ਆਪ ਨੂੰ ਲੱਭਣ ਦੀ, ਖੱਟਣ ਦੀ। ਸ਼ਬਦਾਂ ਦੀ ਚੋਣ ਚੰਗੀ ਹੈ, ਅਹਿਸਾਸਾਂ ਦੀ ਚੋਣ ਵੀ, ਪਰ ਮੈਨੂੰ ਲੱਗਦਾ ਕਿ ਜਦ ਇਹਨਾਂ ਸ਼ਬਦਾਂ ਨੂੰ ਉਹ ਆਵਾਜ਼ ਮਿਲੇਗੀ ਜਿਨ੍ਹਾਂ ਵੱਲੋਂ ਇਹ ਕਿਤਾਬ ਲਿਖੀ ਗਈ ਹੈ, ਤਾਂ ਇਹ ਸ਼ਬਦ ਹੋਰ ਖੂਬਸੂਰਤੀ ਨਾਲ ਤੁਹਾਡੇ ਸਾਹਮਣੇ ਆਉਣਗੇ। ਇਰਸ਼ਾਦ, ਇੱਛਾ ਅਸਮਾਨ ਕਿੱਥੇ ਸੀ ਪਰ ਤੱਕ ਮੈਂ ਤੋਂ ਮੈਂ ਸੂਖਮ ਤੱਕ ਜਾਣਾ, ਪਰ ਜੇ ਦੁਨੀਆ ਸਰ ਕਰਨੀ ਹੈ ਤਾਂ ਆਪਣੇ ਆਪ ਨੂੰ ਸੁਲਝਾਉਣਾ ਜ਼ਰੂਰੀ ਹੈ। ਮੇਰੇ ਮਨ ਦੀਆਂ ਨਿਰਰਥਕ ਸਦਰਾਂ, ਮੇਰੇ ਮਨ ਦੀ ਉਦਾਸੀ, ਮੇਰੇ ਚਹੇਤੇ, ਮੇਰੇ ਦੋਸਤ, ਮੇਰੇ ਦੁਸ਼ਮਣ, ਸਭ ਤੋਂ ਉੱਪਰ ਉੱਠ ਕੇ ਸਿਰਫ ਮੈਂ ਤੋਂ ਮੈਂ ਵੱਲ ਜਾਣਦੀ। ਟਾਈਟਲ ਬਾਰੇ ਮੈਂ ਜਾਣਨਾ ਚਾਹਾਂਗਾ, ਜੋ ਇੰਨੀ ਗੂੜੀ ਪੰਜਾਬੀ ਨਹੀਂ ਸਮਝ ਸਕਦੇ ਉਹਨਾਂ ਨੂੰ ਵੀ ਸਮਝ ਆਏ। ਇਹ ਪੋਇਮ ਹੈ ਅਣਜੰਮਿਆ ਬੋਟ, ਫੀਮੇਲ ਫੈਟਿਸਾਈਡ ਦੇ ਉੱਪਰ। ਇਹ ਜਦੋਂ ਮੈਂ ਯੂਨੀਵਰਸਿਟੀ 'ਚ ਸੀਗੀ, ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਾਅ ਕਰ ਰਹੀ ਸੀ, ਅਤੇ ਸਾਰੇ ਆਰਟਿਸਟਾਂ ਵਾਂਗੂ ਮੈਂ ਵੀ ਯੂਥ ਫੈਸਟੀਵਲ 'ਚ ਪਾਰਟੀਸਪੇਟ ਕਰਦੀ ਸੀ। ਸੋ ਇਹ ਉਹ ਪੋਇਮ ਹੈ ਜਿਸਨੇ ਮੈਨੂੰ ਐਜ਼ ਐਨ ਅ ਪੋਇਟਿਸ ਰਿਕੋਗਨੀਸ਼ਨ ਦਵਾਈ ਸੀ। ਇਹ ਫੈਸਟੀਵਲ 'ਚ, ਯੂਥ ਫੈਸਟੀਵਲ 'ਚ ਵਿਨਰ ਪੋਇਮ ਸੀਗੀ, ਨੈਸ਼ਨਲ ਫੈਸਟੀਵਲ ਤੱਕ ਗਈ ਸੀ। ਸੋ ਇਸ ਕਰਕੇ ਇਹ ਪੋਇਮ ਮੇਰੇ ਦਿਲ ਦੇ ਬੜੇ ਕਰੀਬ ਸੀ, ਕਿਉਂਕਿ ਮੈਂ ਉਦੋਂ ਲਿਖੀ ਜਦੋਂ ਮੈਂ ਆਪ ਉਮਰ ਦੇ ਉਸ ਦਹਿਲੀਜ਼ 'ਤੇ ਸਾਂ ਜਿੱਥੇ ਬੜਾ ਕੁਛ ਤੁਹਾਨੂੰ ਐਜ਼ ਅ ਕੁੜੀ ਹੋਣ 'ਤੇ ਜੱਦੋਜਹਿਦ ਕਰਨੀ ਪੈ ਰਹੀ ਸੀ। ਸੋ ਇਹ ਜਿਹੜੀ ਕਵਿਤਾ ਸੀ ਉਹ ਤਮਾਮ ਕੁੜੀਆਂ ਨੂੰ ਸਮਰਪਿਤ ਸੀ। ਸੋ ਮੈਂ ਇਸੇ ਕਰਕੇ ਦਾ ਟਾਈਟਲ ਉਹ ਰੱਖਿਆ। ਇਹਦੇ ਕਵਰ ਪੇਜ ਦੀ ਮੈਂ ਗੱਲ ਕਰਾਂ, ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਨਾਲ, ਜੇ ਮੈਂ ਐਜ਼ ਅ ਰੀਡਰ, ਐਜ਼ ਅ ਵਿਊਅਰ ਇਸ ਨੂੰ ਵੇਖਾਂ ਤਾਂ ਕਿਸ ਚੀਜ਼ ਦੀ ਤੰਗ ਹੈ ਤੁਹਾਨੂੰ ਇਸ ਤਸਵੀਰ ਦੇ ਜ਼ਰੀਏ? ਲੱਗ ਰਿਹਾ ਕਿ ਕਿਸੇ ਦਾ ਇੰਤਜ਼ਾਰ ਕਿਸੇ ਚੀਜ਼ ਦਾ ਕਰ ਰਿਹਾ, ਜਾਂ ਸ਼ਬਦਾਂ ਦਾ ਇੰਤਜ਼ਾਰ ਹੈ, ਕਿਸੇ ਦੀ ਤੰਗ ਹੈ? ਐਕਚੁਲੀ ਮੈਂ ਇਹ ਟਾਈਟਲ ਕਵਰ ਇਸ ਕਰਕੇ ਰੱਖਿਆ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਸ ਪੂਰੀ ਤਸਵੀਰ ਦੇ ਵਿੱਚ ਇੱਕ ਜ਼ਿੰਦਗੀ ਦੇ ਪ੍ਰਤੀ ਉਡੀਕ, ਕੁਛ ਨਵਾਂ ਕਰਨ ਦੀ, ਕੁਛ ਨਵਾਂ ਸਿਰਜਣ ਦੀ ਬੜੀ ਮੈਂ ਸ਼ਿੱਦਤ ਨਾਲ ਮਹਿਸੂਸ ਕੀਤੀ ਸੀ। ਸੋ ਉਹੀ ਸ਼ਿੱਦਤ ਮੈਂ ਅੱਖਾਂ ਦੇ ਰਾਹੀਂ, ਇਸ ਤਸਵੀਰ ਦੇ ਰਾਹੀਂ ਜ਼ਿੰਦਗੀ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਦੇ ਸ਼ੁਰੂਆਤ ਵਿੱਚ ਜਿਵੇਂ ਲਿਖਿਆ ਕਿ ਪੰਜਾਬ ਦੇ ਪਾਣੀਆਂ ਦੇ ਨਾਂ, ਪੰਜਾਬ ਦੇ ਮਿੱਠੇ ਪਾਣੀ, ਮਿੱਠੇ ਪਾਣੀਆਂ ਦੇ ਨਾਂ, ਇੱਕ ਜੇ ਔਰਤ ਦੀ ਸ਼ਖਸੀਅਤ ਵੀ ਅਸੀਂ ਵੇਖੀਏ ਕਿ ਉਹ ਪਾਣੀ ਵਾਂਗ ਹੀ ਹੁੰਦੀ ਹੈ, ਉਹ ਕਿਸੇ ਵੀ ਰੰਗ ਵਿੱਚ ਟਲ ਜਾਂਦੀ ਹੈ, ਉਹ ਆਪਣਾ ਰਸਤਾ ਖੁਦ ਬਣਾ ਲੈਂਦੀ ਹੈ। ਬਿਲਕੁਲ, ਕਿਤੇ ਨਾ ਕਿਤੇ ਉਹ ਅਹਿਸਾਸ ਵੀ ਇਸ ਦੇ ਜ਼ਰੀਏ ਤੁਸੀਂ ਪੇਸ਼ ਕਰ ਰਹੇ ਹੋ। ਪੰਜਾਬ ਦੇ ਮਿੱਠੇ ਪਾਣੀਆਂ ਦੇ ਨਾਮ ਇਸ ਕਰਕੇ ਕਿਉਂਕਿ ਇਹ ਉਹ ਸਰਜ਼ਮੀਨ ਹੈ ਜਿਸਨੇ ਮੈਨੂੰ ਪਹਿਚਾਣ ਦਿੱਤੀ, ਇਹ ਉਹ ਸਰਜ਼ਮੀਨ ਹੈ ਜਿਸ ਨਾਲ ਮੈਨੂੰ ਮਤਲਬ ਬੇ ਇੰਤਹਾ ਮੁਹੱਬਤ ਹੈ। ਮੈਨੂੰ ਜਦੋਂ ਮੈਂ ਫੋਰਨ ਜਾਂਦੀ ਹਾਂ ਅਤੇ ਜਦੋਂ ਮੈਂ ਆ ਕੇ ਏਅਰਪੋਰਟ 'ਤੇ ਉਤਰਦੀ ਹਾਂ ਅਤੇ ਮੈਂ ਹਮੇਸ਼ਾ ਆ ਕੇ ਸਰਜ਼ਮੀਨ ਨੂੰ ਮੱਥਾ ਟੇਕਦੀ ਹਾਂ ਕਿਉਂਕਿ ਮੈਨੂੰ ਬੜੀ ਮੁਹੱਬਤ ਹੈ। ਮੈਨੂੰ ਅਗਰ ਮੈਂ ਇਕੱਲੀ ਵੀ ਹੋਵਾਂ, ਮੈਨੂੰ ਕਦੀ ਇਸ ਸੂਬੇ ਦੇ ਵਿੱਚ ਇਕੱਲਾਪਨ ਮਹਿਸੂਸ ਹੀ ਨਹੀਂ ਹੋਇਆ। ਮੈਨੂੰ ਹਰ ਪਾਸੇ ਇੰਨਾ ਭਰਿਆ ਜਿਹਾ ਲੱਗਦਾ, ਇਸ ਕਰਕੇ ਮੈਨੂੰ ਲੱਗਦਾ ਸੀ ਕਿ ਕਿਧਰੇ ਇਹ ਉਸ ਪੰਜਾਬ ਨੂੰ ਸਮਰਪਿਤ ਹੈ ਜਿਸਨੇ ਮੇਰੀ ਸ਼ਖਸੀਅਤ ਨੂੰ ਉਭਾਰਿਆ, ਜਿਸਨੇ ਮੈਨੂੰ ਲਫ਼ਜ਼ ਦਿੱਤੇ, ਜਿਸਨੇ ਮੈਨੂੰ ਬੜਾ ਫਲੋਰਿਸ਼ ਕੀਤਾ, ਮੇਰੀ ਸ਼ਖਸੀਅਤ ਨੂੰ ਬੜਾ ਡਿਵੈਲਪ ਕੀਤਾ ਸੀਗਾ। ਪਰ ਇਸ ਵਿੱਚ ਜਿਵੇਂ ਵੱਖਰੇ ਵੱਖਰੇ ਟਾਈਟਲ ਜੇ ਅਸੀਂ ਵੇਖੀਏ, ਜ਼ਿੰਦਗੀ ਦਾ ਜ਼ਿਕਰ ਹੈ, ਰੂਹ ਦਾ ਜ਼ਿਕਰ ਹੈ, ਪੈਣਾ ਦਾ ਜ਼ਿਕਰ ਹੈ, ਝਾਂਜਰਾਂ ਦਾ ਜ਼ਿਕਰ ਹੈ, ਅਤੇ ਇੱਕ ਔਰਤ ਦੀ ਜਰਨੀ ਵੀ ਤੁਸੀਂ ਉਹਦੇ ਅਹਿਸਾਸ ਜਿਹੜੇ ਨੇ ਉਹਦੇ ਵੀ ਅਹਿਸਾਸ ਇਸ ਦੇ ਜ਼ਰੀਏ ਤੁਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ 'ਚ ਦੇਖੋ ਮੇਰੀ ਜ਼ਿੰਦਗੀ ਦੇ ਬੜੇ ਤਜ਼ਰਬੇ ਨੇ। ਮੈਂ ਜਦੋਂ ਦਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਸਾਡੇ ਇੱਕ ਪ੍ਰੋਡਿਊਸਰ ਸੀ, ਮੈਂ ਜੇ ਥੋੜ੍ਹੇ ਦਿਨ ਹੋਏ ਸੀਗੇ ਮੈਨੂੰ, ਗਰੇਵਾਲ ਸਾਹਿਬ, ਉਹਨਾਂ ਦੀ ਡੈਥ ਹੋ ਗਈ ਸੀ। ਮੈਂ ਵਾਪਸ ਬੱਸ 'ਚ ਜਾਂਦਿਆਂ ਹੋਇਆਂ ਮੈਨੂੰ ਉਹ ਬੜਾ, ਕਿਉਂਕਿ ਮੈਂ ਪਿਛਲੇ ਇੱਕ ਹਫ਼ਤਾ ਪਹਿਲਾਂ ਰਿਕਾਰਡਿੰਗ 'ਤੇ ਉਹਨਾਂ ਨੂੰ ਮਿਲ ਕੇ ਗਈ, ਅਗਲੀ ਵਾਰ ਉਹ ਸੀਗੇ ਹੀ ਨਹੀਂ। ਉਹ ਮੇਰੇ ਦਿਲ ਨੂੰ ਐਜ਼ ਐਨ ਆ ਕਵਿੱਤਰੀ ਬੜਾ ਵਲੂਨਿਆ ਸੀਗਾ। ਉਸ ਤੋਂ ਬਾਅਦ ਫਿਰ ਮੈਂ ਜਦੋਂ ਬੋਂਬੇ ਪਹਿਲੀ ਵਾਰ ਗਈ ਤਾਂ ਮੈਨੂੰ ਸਾਰਿਆਂ ਨੇ ਕਿਹਾ ਕਿ ਉਹ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਚਾਹੀਦਾ, ਲੋਕਲ ਟ੍ਰੇਨ 'ਚ। ਮੈਂ ਉਸ ਲੋਕਲ ਟ੍ਰੇਨ 'ਚ ਸਫ਼ਰ ਕੀਤਾ, ਉਹਦੇ 'ਚ ਇੱਕ ਕਵਿਤਾ ਹੈ ਸਮਝੌਤਾ।
ਬੜੀ ਖੂਬਸੂਰਤ ਕਵਿਤਾ, ਮੇਰੇ ਦਿਲ ਦੇ ਬਹੁਤ ਕਰੀਬ ਕਵਿਤਾ ਹੈ। ਜੇ ਤੁਸੀਂ ਉਹ ਥੋੜਾ ਜਿਹਾ ਉਹ ਲੰਬੀ ਪੋਇਮ ਹੈ, ਸਾਰੇ ਪੜਨਗੇ ਤੇ ਚੰਗੀ ਲੱਗੇਗੀ। ਉਹ ਥੋੜੀ ਲੰਬੀ ਖੁੱਲੀ ਕਵਿਤਾ ਹੈ। ਉਹਦੇ 'ਚ ਕੀ ਇਹ ਕਿ ਉਹ ਇੱਕ ਸਾਰੀਆਂ ਕੁੜੀ ਔਰਤਾਂ ਹੀ ਸਨ ਅਤੇ ਇੱਕ ਆਦਮੀ ਨਾ ਉਹਨਾਂ ਨੂੰ ਦੇਖ ਰਿਹਾ ਸੀ। ਉਹਦੀ ਸਾਈਕੋਲੋਜੀ ਹੈ ਕਿ ਇੱਕ ਆਦਮੀ ਉਹਨਾਂ ਔਰਤਾਂ ਨੂੰ ਆਪਣੀ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਤੋਂ ਕਿਵੇਂ ਦੇਖ ਰਿਹਾ ਸੀ, ਅਤੇ ਮੈਂ ਮੂਕ ਸਪੈਕਟੇਟਰ ਬਣ ਕੇ ਸਿਰਫ ਉਹਦੀ ਸਾਈਕੋਲੋਜੀ ਪੜ੍ਹ ਰਹੀ ਸੀਗੀ। ਉਹ ਹੈ ਫਿਰ ਇਹਦੇ ਵਿੱਚ ਉਹ ਮੇਰੀਆਂ ਬਹੁਤ ਸਾਰੀਆਂ, ਇਹਦੇ 'ਚ ਤੁਸੀਂ ਵੇਖੋਗੇ ਬੜਾ ਸੂਫੀ ਰੰਗ ਹੈ, ਕਿਉਂਕਿ ਮੈਂ ਪਹਿਲਾਂ ਸੂਫੀਆਨਾ ਜ਼ਿਆਦਾ ਲਿਖਿਆ ਹੈ। ਮੁਰਸ਼ਦ ਮੇਰਾ ਭੇਤ ਨਾ ਦੱਸੇ ਅਤੇ ਮੈਂ ਰੋਜ਼ ਉਬਾਲੇ ਖਾਵਾਂ, ਉਹ ਮਿਲਦਾ ਨਾਹੀਂ ਅਤੇ ਮੈਂ ਤੱਕਦੀ ਰਹਿੰਦੀ ਰਾਹਾਂ, ਉਹ ਆਵੇ ਉਹ ਭੱਜ ਭੱਜ ਮਾਰੇ ਅਤੇ ਮੈਂ ਕਿਹੜੇ ਪਾਸੇ ਜਾਵਾਂ, ਯਾਰ ਵਸਾਲ ਅੱਲਾ ਦੇ ਸੱਜਣਾ ਅਤੇ ਮੈਂ ਕਿਸ ਨੂੰ ਮੁੱਖ ਦਿਖਾਵਾਂ, ਡਰ ਤੇਰੇ ਤੋਂ ਮੁਨਕਰ ਹੋਵਾਂ ਅਤੇ ਮੁੱਕ ਜਾਣ ਮੇਰੀਆਂ ਸਾਹਾਂ, 14 ਤਬਕਾਂ ਨੂੰ ਪਈ ਕਰਨ ਰੁਸ਼ਨਾਈ ਕਿ ਮੇਰੀ ਰੂਹ ਨੇ ਲਈਆਂ ਲਾਵਾਂ। ਸੋ ਮੈਂ ਬੜਾ, ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਮੈਨੂੰ ਬੜੇ ਅੱਛੇ ਲੋਕਾਂ ਦੀ ਸੰਗਤ ਮਿਲੀ ਹੈ। ਉਹ ਕਹਿੰਦੇ ਕਿ ਤੁਹਾਡੀ ਸੰਗਤ ਦਾ ਰੰਗਤ ਹੁੰਦੀ। ਸੋ ਇਹ ਤਮਾਮ ਮੇਰੀ ਜ਼ਿੰਦਗੀ ਦੀਆਂ ਉਹ ਕਵਿਤਾਵਾਂ ਨੇ ਜੋ ਮੇਰੇ ਨਾਲ, ਜਿਨ੍ਹਾਂ ਨੇ ਬਚਪਨ ਵੇਖਿਆ, ਜਵਾਨੀ ਵੇਖੀ, ਮੇਰੇ ਨਾਲ ਹੀ ਵੱਡੀਆਂ ਹੋਈਆਂ ਨੇ। ਸੋ ਇਸ ਕਰਕੇ ਇਹ ਕਿਤਾਬ ਜਿਹੜੀ ਮੈਨੂੰ ਬੜੀ ਬੇਹੱਦ ਮੇਰੇ ਦਿਲ ਦੇ ਕਰੀਬ ਹੈ। ਅਤੇ ਵੈਸੇ ਅਮੂਮਨ ਤੌਰ 'ਤੇ ਕਿਹਾ ਜਾਂਦਾ ਹੈ ਜਿਹੜਾ ਫਰਵਰੀ ਦਾ ਮਹੀਨਾ ਹੈ ਮੁਹੱਬਤ ਦਾ, ਵੈਸੇ ਤਾਂ ਇੱਕ ਦਿਨ ਕੋਈ ਮੁਹੱਬਤ ਦਾ ਨਹੀਂ ਹੋ ਸਕਦਾ ਜਾਂ ਇੱਕ ਮਹੀਨਾ ਨਹੀਂ ਹੋ ਸਕਦਾ, ਪਰ ਇਸ ਮਹੀਨੇ ਨੂੰ ਕਿਉਂਕਿ ਕਿਹਾ ਜਾਂਦਾ, ਅਤੇ ਕਦੀ ਤੁਹਾਨੂੰ ਵੀ ਲੱਗੇ ਜਾਂ ਫਿਰ ਤੁਸੀਂ ਕੋਈ ਤਸੱਵਰ ਦੇ ਵਿੱਚ ਕੋਈ ਸੋਚ ਕੇ ਕਦੀ ਕੁਝ ਅਜਿਹਾ ਲਿਖਿਆ ਹੋਇਆ ਜਿਹਨੂੰ ਸੋ ਕਾਲਡ ਰੋਮਾਂਟਿਕ ਵੀ ਅਸੀਂ ਨਹੀਂ, ਇੱਥੇ ਬੜੀਆਂ ਰੋਮਾਂਟਿਕ ਪੋਇਮਸ ਨੇ। ਤੁਸੀਂ ਵੇਖੋਗੇ ਜਿਹੜੀਆਂ ਝਾਂਜਰਾਂ ਨੇ ਉਹ ਬੜੀ ਰੋਮਾਂਟਿਕ ਪੋਇਮ ਹੈ, ਹੋਰ ਬੜੀਆਂ ਪੋਇਮਸ ਨੇ ਜਿਨ੍ਹਾਂ ਨੂੰ ਵੇਖ ਕੇ ਲੱਗੇਗਾ ਕਿ ਅੱਛਾ, ਦਿਵਾਲੀ ਤੋਂ ਈਦ ਤੱਕ ਉਹ ਵੀ ਬੜੀ ਅੱਛੀ ਪੋਇਮ ਹੈ, ਉਹ ਰੋਮੈਂਟਿਕ ਹੈ, ਫੁੱਲ ਆਫ ਰੋਮੈਂਸਿਜ਼ਮ ਹੈ। ਕਿਉਂਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਜ਼ਿੰਦਗੀ ਨੂੰ ਸੰਜੀਦਾ ਜੀਵੋ। ਕਵਿਤਾਵਾਂ ਇੱਦਾਂ ਨਹੀਂ ਨਾ ਲਿਖੀਆਂ, ਕਵਿਤਾਵਾਂ ਵਾਂਗੂ ਕੋਈ ਨੈਪਕਿਨ 'ਤੇ ਲਿਖੀ ਹੋਈ ਸੀ, ਕੋਈ ਜਦੋਂ ਮੈਂ ਲੋਅ ਕਰਦੀ ਸੀ ਉਹਦੀ ਕਾਪੀ ਨਹੀਂ ਹੁੰਦੀ ਪਿਛਲੀ, ਤੁਸੀਂ ਮੇਰੀਆਂ ਤਮਾਮ ਲੋਅ ਵਾਲੀਆਂ ਕਾਪੀਆਂ ਦੇਖੋਗੇ ਨਾ, ਉਹਨਾਂ ਦੇ ਪਿੱਛੇ ਕਵਿਤਾ, ਫਿਰ ਤੁਸੀਂ ਵੇਖੋ ਕਿ ਲੋਅ ਦੀਆਂ ਸਾਰੀਆਂ ਕਾਪੀਆਂ ਲੱਭੀਆਂ ਸੀ। ਮੇਰੀ ਭਾਂਜੀ ਤਾਨੀਆਂ, ਉਹਦੀਆਂ ਪਿਛਲੀਆਂ ਗਰਮੀ ਦੀਆਂ ਛੁੱਟੀਆਂ ਮੈਂ ਇਸੇ ਕੰਮ 'ਤੇ ਲਾਈਆਂ, ਉਹਨਾਂ ਨੇ ਫਿਰ ਲੱਭ ਕੇ ਅਸੀਂ ਦੋਨਾਂ ਜਣੀਆਂ ਨੇ ਫਿਰ ਉਹ ਸਾਰੀਆਂ ਕੱਟੀਆਂ ਗਈਆਂ। ਫਿਰ ਮੈਨੂੰ ਯਾਦ ਆਏ ਉਹ ਇੱਕ ਕੈਕਟਸ ਸੀਗੀ ਕਵਿਤਾ, ਉਹ ਮੇਰੀ ਬੜੀ ਫੇਵਰੇਟ ਸੀ ਯੂਥ ਫੈਸਟੀਵਲ, ਉਹ ਨਹੀਂ ਲੱਭੀ, ਉਹਦੇ ਦੋ ਪੇਜ ਲੱਭ ਜਾਣ, ਇੱਕ ਲੱਭੇ ਹੀ ਨਾ। ਫਿਰ ਅਸੀਂ ਆਪਣੀ ਮੰਮੀ ਨੂੰ ਕਹਿ ਕੇ ਸਾਰਾ ਸਟੋਰ ਇੱਕ ਇੱਕ ਪੇਜ ਛਾਨ ਮਾਰਿਆ, ਕਿਉਂਕਿ ਮੇਰੀਆਂ ਕਿਤਾਬਾਂ ਨੂੰ ਵਿਚਾਰੇ ਹਿਲਾਉਂਦੇ, ਮਤਲਬ ਇਹਨੂੰ ਦਰਜ ਕਰਨ ਦਾ ਪੂਰਾ ਸਿਹਰਾ ਤੁਹਾਡੇ ਪੂਰੇ ਪਰਿਵਾਰ ਦੇ ਸਿਰ ਤੇ ਜਾਂਦਾ। ਮਤਲਬ ਮੇਰਾ ਪਰਿਵਾਰ ਤੇ ਵਿਚਾਰੇ ਇਦਾਂ, ਉਹ ਜਿਹਦਾ ਕੋਈ ਨੈਪਕਿਨ ਲੱਭ ਜਾਂਦਾ ਫੋਨ ਕਰਦਾ ਸੀ, ਉਹ ਇੱਕ ਨੈਪਕਿਨ ਦੇ ਕਵਿਤਾ ਮਿਲੀ ਹੈ। ਇੱਕ ਉਹ ਵੇਖਦੇ ਸੀਗੇ ਉਹ ਕਾਪੀ ਦੇ ਵਿੱਚ ਕੁਛ ਲਿਖਿਆ ਹੋਇਆ ਕਵਿਤਾ ਵਰਗਾ ਭੇਜਦੀ ਹੈ। ਸੋ ਇਹਨਾਂ ਨੂੰ ਇਕੱਠਾ ਕਰਨਾ ਇੱਕ ਵੱਡਾ ਸਿਲਸਿਲਾ ਸੀ, ਕਿਉਂਕਿ ਲਿਖੀਆਂ ਕਦੀ ਜ਼ਿੰਦਗੀ 'ਚ ਇੱਦਾਂ ਸੋਚ ਕੇ ਨਹੀਂ ਲਿਖਿਆ ਸੀ ਕਿ ਕਦੀ ਕਿਤਾਬ ਛਪਾਵਾਂਗੀ। ਪਿਛਲੇ  3-4 ਸਾਲ ਤੋਂ ਮੈਂ ਐਫਰਟ ਕਰ ਰਹੀ ਸੀ, ਇਹਨਾਂ ਨੂੰ ਇਕੱਠਾ ਕੀਤਾ, ਇਕੱਠਾ ਕਰਕੇ ਹੁਣ ਕਿਤਾਬ ਦੀ ਸੂਰਤ 'ਚ ਮੇਰੇ, ਤੁਸੀਂ ਸਮਝੋ ਕਿ ਮੇਰੇ ਦਿਲ ਦਾ ਇੱਕ ਬਹੁਤ ਵੱਡਾ ਬੋਝ, ਮੈਨੂੰ ਲੱਗਦਾ ਸੀ ਇਹ ਚੀਜ਼ਾਂ ਇਹ ਜ਼ਰੂਰ ਛਪਣੀਆਂ ਚਾਹੀਦੀਆਂ ਨੇ, ਇਹ ਲੋਕਾਂ ਦੀ ਧਰੋਹਰ ਹੈ ਅਹਿਸਾਸਾਂ ਦੇ ਰੂਪ 'ਚ ਮੇਰੀ।